ਸੰਗਰੂਰ ਵਿਖੇ ਕਾਂਗਰਸ ਦੇ ਮਹਿਲਾ ਵਿੰਗ ਵੱਲੋਂ ਮਹਿੰਗਾਈ ਅਤੇ ਗੈਸ ਸਿਲੰਡਰ ਦੀਆਂ ਵੱਧ ਰਹੀਆਂ ਕੀਮਤਾਂ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਗੈਸ ਚੁੱਲ੍ਹੇ ਅਤੇ ਸਿਲੰਡਰ ਦੀ ਅਰਥੀ ਮੋਢਿਆਂ ਤੇ ਚੁੱਕ ਕੇ ਮਹਿਲਾਵਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸਾਡੀ ਮੇਨ ਮੰਗ ਇਹ ਹੈ ਜੀ ਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ, ਕਿ ਸਪੈਸ਼ਲੀ ਜਦ ਸੈਂਟਰ ਸਰਕਾਰ ਨੇ, ਸੈਂਟਰ ਸਰਕਾਰ ਦੀ ਸਮਿਤਾ ਰਾਣੀ ਜੀ ਨੇ ਅੱਜ ਤੋਂ ਬਹੁਤ ਦੇਰ ਪਹਿਲਾਂ ਮਨਮੋਹਨ ਜੀ ਨੂੰ ਚੂੜੀਆਂ ਦਿੱਤੀਆਂ ਸੀ ਜਦ 345 ਰੁਪਏ ਸਿਲੰਡਰ ਦਾ ਰੇਟ ਸੀ। ਅੱਜ ਸਿਲੰਡਰ ਦਾ ਰੇਟ 900 ਤੋਂ ਵੀ ਉੱਤੇ ਹੋ ਚੁੱਕਿਆ ਅਤੇ ਅੱਜ ਸਮਿਤਾ ਰਾਣੀ ਨੂੰ, ਜੋ ਕਿ ਅੱਜ ਸੈਂਟਰ ਦੇ ਮਿਨਿਸਟਰ ਨੇ, ਮੋਦੀ ਜੀ ਜਿਹੜੇ ਵਾਅਦਾ ਕਰਦੇ ਸੀ ਅੱਛੇ ਦਿਨ ਆਏਗੇ, ਸਬਸਿਡੀ ਲੈ ਕੇ ਆਏਗੇ, 15 ਲੱਖ ਲੈ ਕੇ ਆਏਗੇ, ਇਹ ਜਿਹੜੇ ਸਾਰੇ ਉਹਨਾਂ ਦੇ ਜੁਮਲੇ ਪਟਾਕੇ ਵਾਂਗੂ ਫੁੱਟ ਗਏ। ਦੀਵਾਲੀ ਆਉਣ ਵਾਲੀ ਹੈ ਪਰ ਸਭ ਦੀਵਾਲੀ ਆਉਣ ਵਾਲੀ ਹੈ ਪਰ ਸਭ ਕਾ ਬਟੂਆ ਖਾਲੀ ਹੈ, ਇਹ ਅੱਜ ਦੀ ਸੱਚਾਈ ਹੈ। ਔਰ ਮੋਦੀ ਦੇਸ਼ ਦਾ ਵਾਲੀ ਹੈ ਪਰ ਸਭ ਦਾ ਪੀਪਾ ਖਾਲੀ ਹੈ, ਇਹ ਮੇਰੀ ਆਵਾਜ਼ ਨਹੀਂ, ਮੇਰੀਆਂ ਜਿੰਨੀਆਂ ਭੈਣਾਂ ਨੇ ਇਹ ਉਹਨਾਂ ਦੀ ਆਵਾਜ਼ ਹੈ। ਅੱਜ ਮੈਂ ਇੱਥੇ ਵਿਧਾਇਕ ਦੀ ਪਤਨੀ ਬਣ ਕੇ ਨਹੀਂ, ਇੱਕ ਆਮ ਔਰਤ ਵੱਲੋਂ ਪ੍ਰੋਟੈਸਟ ਕੀਤਾ ਆਪਣੀਆਂ ਭੈਣਾਂ ਨਾਲ, ਕਿਉਂਕਿ ਇਹਨਾਂ ਦੀ ਮੰਗ ਸੀ ਕਿ ਮਹਿੰਗਾਈ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਸਾਡਾ ਕੋਈ ਬਾਲੀ ਬਾਰਸ ਨਹੀਂ, ਅਤੇ ਜਿਹੜੀ ਸੈਂਟਰ ਸਰਕਾਰ ਮਹਿੰਗਾਈ ਕਹਿ ਰਹੀ ਸੀ ਅਸੀਂ ਨਕੇਲ ਪਾਵਾਂਗੇ। ਮੈਂ ਤਾਂ ਇੱਕੋ ਗੱਲ ਕਹੂੰਗੀ, ਮੋਦੀ ਦੇ ਆਪਦਾ ਤਾਂ ਕੋਈ ਬੱਚਾ ਨਹੀਂ, ਉਹਨੂੰ ਸ਼ੌਂਕ ਚੜਿਆ ਇੱਕ ਬੇਟੀ ਗੋਦ ਲੈਣ ਦਾ, ਅਤੇ ਉਹਦੀ ਬੇਟੀ ਹੈਗੀ ਮਹਿੰਗਾਈ, ਉਹਨੇ ਮਹਿੰਗਾਈ ਨਾਮ ਦੀ ਬੇਟੀ ਗੋਦ ਲੈ ਲਈ ਹੈ ਅਤੇ ਉਹਨੂੰ ਪਾਲਣ ਪੋਸ਼ਣ ਕਰ ਰਿਹਾ ਉਹਦੀ। ਆਪਨੇ ਸਿਲੰਡਰ ਕੀ ਵੀ ਅਰਥੀ ਨਿਕਾਲੀ ਹੈ ਉਸਕੇ ਬਾਰੇ ਮੇਂ? ਸਿਲੰਡਰ ਕੀ ਅਰਥੀ ਮੈਨੇ ਇਸ ਲਈ ਨਿਕਾਲੀ ਹੈ ਕਿ 920 ਰੁਪਏ ਕਾ ਸਿਲੰਡਰ ਹੋ ਚੁੱਕਾ ਹੈ, ਔਰ ਸਿਲੰਡਰ ਜੀ ਜੈਸੇ ਯੇ ਸਾਰੇ ਬੋਲ ਰਹੇ ਹੈ ਕਿ ਸਿਲੰਡਰ 1000 ਰੁਪਏ ਕੇ ਵੀ ਪਾਰ ਜਾ ਸਕਤਾ ਹੈ, ਤੋ ਸਿਲੰਡਰ ਤੋ ਹਮਸੇ ਚਲੇਗਾ ਨਹੀਂ, ਤੋ ਉਪਲੇ ਪਾਥੀਆਂ ਉਪਲੇ, ਹਮਨੇ ਦੁਬਾਰਾ ਦੂਸਰੇ ਜੋ ਚੂਲਾ ਥਾ। ਔਰ ਵੈਸੇ ਵੀ ਇਹ ਆਰਐਸਐਸ ਕਾ ਮੇਨ ਮਹੱਤਵ ਵੀ ਇਹ ਹੈ, ਆਰਐਸਐਸ ਹਮੇਸ਼ਾ ਲੇਡੀਜ਼ ਕੇ ਵਿਰੋਧ ਮੇਂ ਰਹੀ ਹੈ, ਔਰ ਆਰਐਸਐਸ ਚਾਹਤੀ ਹੈ ਕਿ ਦੁਬਾਰਾ ਸੇ ਲੇਡੀਜ਼ ਇਤਨੀ ਸੁਖੀ ਨਾ ਹੋ ਕਿ ਚੂਲ੍ਹੇ ਜਲਾ ਲੇ, ਦੁਬਾਰਾ ਉਪਲੇ ਵਾਲਾ ਚੂਲ੍ਹਾ ਜਲਾ ਲੇ, ਇਸ ਲਈ ਇਹਨੋਨੇ ਸਿਲੰਡਰ ਹਮਾਰੀ ਪਹੁੰਚ ਸੇ ਬਾਹਰ ਕਰ ਦੀ ਹੈ, ਇਸ ਲਈ ਆਜ ਇਸਕੀ ਅਰਥੀ ਨਿਕਾਲੀਏ ਕਿ ਅਬ ਹਮਾਰੀ ਇਹ ਪਹੁੰਚ ਸੇ ਬਾਹਰ ਹੈ, ਦੁਬਾਰਾ ਸੇ ਵਹੀ ਹਮੇ ਪੁਰਾਣੇ ਚੂਲ੍ਹੇ ਜਲਾਨੇ ਪੜੇਂਗੇ।